ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ 20-21 ਅਕਤੂਬਰ ਨੂੰ ਜਿਹੜੀ ਪੰਥਕ ਅਸੈਂਬਲੀ ਪੰਜਾਬ ਅੰਮ੍ਰਿਤਸਰ ਦੇ ਵਿੱਚ ਬੁਲਾਈ ਗਈ ਸੀ, ਜਿਹਦੇ ਵਿੱਚ ਦੁਨੀਆ ਭਰ ਤੋਂ, ਹਿੰਦੁਸਤਾਨ ਤੋਂ ਦੇ ਕੋਨੇ ਕੋਨੇ ਤੋਂ ਸਿੱਖ ਸ਼ਖਸੀਅਤਾਂ, ਬੁੱਧੀਜੀਵੀ, ਪੋਲੀਟੀਸ਼ੀਅਨ, ਧਾਰਮਿਕ ਹਸਤੀਆਂ ਸਾਰੀਆਂ ਸ਼ਾਮਿਲ ਹੋਈਆਂ ਸਨ। ਉਹਨਾਂ ਨੇ ਮਤਾ ਪਾਸ ਕੀਤਾ ਸੀ ਆਖਰੀ ਦਿਨ ਕਿ ਇਹ ਪੰਥ ਦਾ ਗਦਾਰ ਹੈਗਾ, ਔਰ ਨਾਲ ਹੀ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹਨੂੰ ਪਦਵੀਆਂ ਮਿਲੀਆਂ ਗਈਆਂ, ਫਖਰੇ ਕੌਮ ਔਰ ਪੰਥ ਰਤਨ, ਇਹ ਸਾਰੀਆਂ ਪਦਵੀਆਂ ਇਹਦੇ ਕੋਲੋਂ ਸਿੱਖ ਕੌਮ ਵਾਪਸ ਲਿਆਉਂਦੀ ਹੈ। ਬੜੇ ਅਜੀਬ ਦੀ ਗੱਲ ਹੈ ਕਿ ਸਮੁੱਚਾ ਸਿੱਖ ਜਗਤ ਇਸ ਨੂੰ ਦਿੱਤੇ ਖਿਤਾਬ, ਜਿਹੜੇ ਕਿ ਇਹਦੇ ਆਪਣੇ ਲਿਫਾਫੇ 'ਚੋਂ ਕੱਢੇ ਹੋਏ ਜਥੇਦਾਰਾਂ ਨੇ ਦਿੱਤੇ ਸਨ, ਭਾਵੇਂ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ, ਮਤੇ ਕਰ ਰਹੀ ਹੈ, ਪਰ ਇਹਦੇ ਚਾਪਲੂਸਾਂ ਨੇ ਇੰਤਹਾ ਖਤਮ ਕਰ ਦਿੱਤੀ। ਜਦ ਮੀਟਿੰਗ ਕਰਕੇ ਇਹਨਾਂ ਫੈਸਲਿਆਂ ਦੇ ਉਲਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੰਤ ਸਿਪਾਹੀ ਦਾ ਦਰਜਾ ਦੇ ਦਿੱਤਾ, ਅਤੇ ਉਸਨੇ ਇਸ ਉਮਰ 'ਚ ਆ ਕੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਕਿ ਮੈਂ ਤਾਂ ਸੰਤ ਸਿਪਾਹੀ ਤਾਂ ਇੱਕੋ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਕਲਗੀਆਂ ਵਾਲੇ, ਅਤੇ ਮੈਂ ਤਾਂ ਉਹਨਾਂ ਦਾ ਕਿਣਕਾ ਵੀ ਬਣ ਜਾਵਾਂ ਤਾਂ ਬੜੀ ਗੱਲ ਹੈਗੀ, ਉਹਦੇ ਵੀ ਕਾਬਲ ਨਹੀਂ ਹਾਂ, ਅਤੇ ਮੈਨੂੰ ਤੁਸੀਂ ਉਹਨਾਂ ਦੇ ਬਰਾਬਰ ਦਾ ਦਰਜਾ ਸੰਤ ਸਿਪਾਹੀ ਦਾ ਜਿਹੜਾ ਹੈ ਇਹ ਦੇ ਰਹੇ ਹੋ, ਮੈਂ ਤੁਹਾਡੇ ਇਹਨਾਂ ਸ਼ਬਦਾਂ ਦੀ ਸਖ਼ਤ ਨਿੰਦਾ ਕਰਨ ਦੀ ਬਜਾਏ ਉਹਨੂੰ ਐਕਸੈਪਟ ਕਰ ਰਹੇ ਹਨ। ਮੈਂ ਸਮਝਾਵਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਸੂਰ ਨਹੀਂ ਹੈ, ਉਹਨੂੰ ਸਿੱਖ ਇਤਿਹਾਸ ਬਾਰੇ, ਗੁਰੂ ਸਾਹਿਬਾਨ ਦੇ ਬਾਰੇ ਇਤਿਹਾਸ ਦੀ ਜਾਣਕਾਰੀ ਆਈ ਨਹੀਂ ਹੈ। ਉਹਨੂੰ ਇਹ ਨਹੀਂ ਪਤਾ ਹੋਣਾ ਕਿ ਸੰਤ ਸਿਪਾਹੀ ਦਸਮ ਪਾਤਸ਼ਾਹ ਨੂੰ ਕਿਹਾ ਜਾਂਦਾ ਹੈ ਜਾਂ ਕਿਹਨੂੰ ਕਿਹਾ ਜਾਂਦਾ ਹੈ। ਉਹਨੂੰ ਨਾਂ ਸਰੂਲ ਜਿਹੜਾ ਹੈਗਾ ਸੰਤ ਸਿਪਾਹੀ ਦਾ, ਕਿਉਂਕਿ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਮੈਗਜ਼ੀਨ ਕੱਢੀ ਸੀ ਜਿਹਦਾ ਨਾਂ ਸੰਤ ਸਿਪਾਹੀ ਰੱਖਿਆ ਸੀ। ਇਹਨੇ ਸੋਚਿਆ ਵੀ ਸ਼ਾਇਦ ਉਹ ਉਸੇ ਕਰਕੇ ਮੈਨੂੰ ਇਹ ਜਿਹੜੇ ਹੈਗਾ ਖਿਤਾਬ ਦੇ ਰਹੇ ਨੇ। ਮੈਂ ਇਹਨਾਂ ਦੀ ਅਕਲ 'ਤੇ, ਇਹਨਾਂ ਦੀ ਬੁੱਧੀਵਤਾ ਦੇ ਉੱਤੇ, ਔਰ ਜਿਨ੍ਹਾਂ ਨੇ ਇਹਨਾਂ ਨੂੰ ਇਸ ਨਾਂ ਨਾਲ ਬਣਾ ਲਿਆ, ਭਾਵੇਂ ਉਹ ਅਚੀਵਮੈਂਟ ਭਾਵੇਂ ਕੋਈ ਨਹੀਂ, ਸੱਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਵਾਂ। ਮੈਂ ਤਾਂ ਇੱਥੇ ਤੱਕ ਅਪੀਲ ਕਰਦਾ ਵਾਂ ਕਿ ਜਿਹੜੇ ਨਵੇਂ ਜਥੇਦਾਰ ਬਾਦਲ ਸਾਹਿਬ ਦੇ ਲਿਫਾਫੇ 'ਚੋਂ ਨਿਕਲ ਕੇ ਬਣੇ ਹਨ, ਜਿਸ ਤਰ੍ਹਾਂ ਇਹ SIT ਦੇ ਟੀਮ ਦੇ ਸਾਹਮਣੇ ਆਪਣੇ ਗਵਾਹੀ ਦੇਣ ਲਈ ਜਾ ਰਹੇ ਹਨ, ਅਕਾਲ ਤਖ਼ਤ ਅਤੇ ਬਾਕੀ ਜਿਹੜੇ ਜਥੇਦਾਰ ਸਾਹਿਬਾਨ ਹਨ ਉਹਨਾਂ ਨੂੰ, ਇਹਨਾਂ ਨੂੰ ਅਕਾਲ ਤਖ਼ਤ 'ਤੇ ਤਲਬ ਕਰਕੇ ਜਿੱਥੇ ਉਹ ਇਨਕੁਆਇਰੀ ਕਰਨਗੇ, ਇਹਨਾਂ ਦੀ ਪੁੱਛਗਿੱਛ ਕਰਨਗੇ, ਉੱਥੇ ਅਕਾਲ ਤਖ਼ਤ ਸਾਹਿਬ ਵੀ ਇਹਨਾਂ ਦੀ ਪੁੱਛਗਿੱਛ ਕਰਕੇ ਕੌਮ ਦੇ ਸਾਹਮਣੇ ਆਪਣਾ ਨਿੰਦਾ ਰੱਖ ਸਕਣ। ਇਤਨੀ ਬੇਨਤੀ ਕਰਦਾ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।